ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅੱਜ ਬਣਾ ਲਿਆ ਭਿੰਡੀਆਂ, ਕਿਲੋ ਭਿੰਡੀਆਂ ਸੀਆਂ, ਥੋੜ੍ਹੀਆਂ ਕੱਟ ਸੀਆਂ ਅਤੇ ਉਹ ਕੁਤਰੀ 'ਤੇ ਰੱਖੀਆਂ। ਦੋ ਪਿਆਜ਼ਾਂ ਦੇ ਬੂਟੇ ਅਤੇ ਇੱਕ ਟਮਾਟਰ ਅਤੇ ਸ਼ਿਮਲਾ ਮਿਰਚ ਅੱਧੀ ਅੱਧੀ ਹੈ, ਤੁਸੀਂ ਮਰਜ਼ੀ ਹੈ ਬਾਸੋ ਤੋਂ ਵੀ ਅਤੇ ਨਾ ਬਾਸੋ ਤੋਂ ਵੀ, ਮੈਂ ਅੰਦਰ ਟੀ ਸੀ ਤਾਂ ਅੱਧੀ ਅੱਧੀ ਪਾਈ ਫਿਲਮ ਹੈ। ਅਤੇ ਥੂਮਨ ਬੂਟਾ, ਤਰੇ ਨੀਲੀਆਂ ਮਿਰਚਾਂ ਹੋਈਆਂ ਅਤੇ ਇਸ ਕੀ ਹੁਣ ਜਿਹੜਾ ਇਸਨੇ 'ਚ ਤੇਲੇ ਤਲਸਾਂ ਪਹਿਲੇ ਅਤੇ ਫਿਰ ਬਣਾ ਸਾਂ, ਫਿਰ ਤੁਸੀਂ ਦੱਸਣੇ ਜਾ ਸਾਂ। ਇੱਕ ਧਨੀਆ ਨਹੀਂ ਸਪੂਨ ਨਹੀਂ ਅਤੇ ਇੱਕ ਮਸਾਲੇ ਨਹੀਂ ਗਰਮ ਮਸਾਲਾ, ਅਤੇ ਫਿਰ ਮੈਂ ਜਿਹੜਾ ਬਾਸਾਂ ਸੋਏ ਨਾਲ ਉਹ ਨਾਲ ਦੱਸਣੇ ਜਾ ਸਾਂ। ਤੇਲ ਪਾਉਣੀ ਤਾਂ ਗਰਮ ਸੀ ਇੰਡੀਆ ਵਿੱਚ ਦੱਸਾਂ। ਪਿਆਜ ਕੱਟੀ ਰੱਖੀ ਉਹ ਸੁਣ ਦਿੱਤੇ ਸੀ, ਉੱਧਰ ਮੈਂ ਭਿੰਡੀਆਂ ਜਿਹੜੀਆਂ ਰੱਖੀਆਂ ਹੋਈਆਂ ਤਾਂ ਇਤਨਾ ਟਾਈਮ ਲੱਗ ਸੀ, ਮੈਂ ਸਾਰੀਆਂ ਚੀਜ਼ਾਂ ਕਤਰੀ ਔਰ ਸਾਨੂੰ ਜਲਦੀ ਫਿਰ ਗਿਆ ਸਾਂ। ਤੇਜ਼ ਕਰੀ ਗੈਸ ਤੇਜ਼ ਕਰੀ ਤਾਂ ਪੰਜ ਮਿੰਟ ਤਲੀ ਤਾਂ ਫਿਰ ਬਣਾ। ਇਹ ਜਿਹੜਾ ਬਟਰ ਬਾਸਣ ਇੱਕ ਸੈਂਡ ਦੱਸਾਂ ਸੁੱਕਣਾ ਬਾਸਣ, ਇਹ ਹੁਣ ਆਈ ਗਈਆਂ, ਇਹ ਮੈਂ ਕੱਢੀ ਕਰਦੀ ਹਾਂ ਬਾਸਣ। ਬਿਸਮਿਲ੍ਲਾ, ਅੱਜ ਇਸ ਤੇਲ ਹੀ ਬਣਾ ਸਾਂ, ਥੋੜ੍ਹਾ ਤੇਲ ਮੈਂ ਕੱਢੀ ਛੋੜਨੀ ਹਾਂ ਅਤੇ ਅੱਧਾ ਤੇਲ ਰਹਿੰਦੇ ਸਾਂ ਤਾਂ ਇਸੇ ਸਾਈਡ ਬਣਾ ਸਾਂ। ਅੱਧਾ ਕੱਢੀ ਛੋੜਿਆ ਅਤੇ ਅੱਧਾ ਵਿੱਚ ਰਹਿੰਦੇ।
ਆਖਰਾ ਮੋਟਾ ਮੋਟਾ ਕੱਟਿਆ ਸਭ ਭਿੰਡੀਆਂ ਹੀ ਮੈਸ ਲੱਗਣਾ। ਥੋੜ੍ਹਾ ਜਿਹਾ ਭੁੰਨੀ ਦੱਸਾਂ ਤਾਂ ਲੂਣ ਦਾ ਦੋ ਮਿੰਟ ਰੱਖਾਂ ਫਿਰ ਮੈਂ ਹੋਰ ਚੀਜ਼ਾਂ ਦੱਸਾਂ। ਗੈਸ ਥੋੜ੍ਹਾ ਜਿਹਾ ਤੇਜ਼ ਕਰੀ ਤਾਂ ਰੱਖੋ। ਅਭੀ ਦੋ ਮਿੰਟ ਭੁੰਚਾਂ ਤਾਂ ਫਿਰ ਮੂਲੀ ਅਤੇ ਟਮਾਟਰ ਦੱਸਾਂ। ਲੂਣ ਥੋੜ੍ਹਾ ਰਾਤ ਹੋਰ ਸਹੀ ਜਾਣਾ ਚਾਹੀਦਾ ਬਹੁਤ ਸੁਕਾਉਣਾ। ਗੈਸ ਤੇਜ਼ ਕਰਨ ਤੋਂ ਦੇਰ ਚਾਹੀਦੀ ਭਿੰਡੀਆਂ ਥੋੜੀਆਂ ਪਾਣੀ ਛਾਣੀ ਮੈਂ ਧੋਣੀ ਪਾਇਆ ਹੀ ਨਹੀਂ, ਟਮਾਟਰਾਂ ਪਾਣੀ ਥੋੜਿਆ ਨਹੀਂ। ਸਲੋ ਗੈਸ ਕਰ ਸੰਤਰਾ ਮਿਲ ਤੇ ਸਾਡਾ ਹੀ ਉਸਨੂੰ ਪੀਂਦੇ ਹਾਂ। ਸ਼ਿਮਲਾ ਮਿਰਚ ਦਾ ਹੀ ਅਸਾਂ ਦੋ ਮਿੰਟ ਭੁੰਨੀ ਫਿਰ ਬਸ ਭਿੰਡੀਆਂ
கிலோமீட்டர் மட்டும் கேஸ் தெரியுது கலிசன் அந்த டைம் ஆயிடுச்சோம் பின்னியும் గ్యాస్ మట్టా కది వేసాం మిక్స్ వేసాం పాసం దేర్ టైం లెస్ ఇక్కడ మేము పాసం సుక్క మసాలా వేసాం నీళ్ళ తనియా सात से आठ मिनट लगे भिंडिया तलिया रेडी हो गई रेडी हो गई भिंडिया